ਵੈਗਰੂ ਦੋ ਟਾਈਮ ਦੀ ਰੋਟੀ ਦੇ ਜਾਵੇ ਨਾ ਉਹ ਸਬਰ ਹੁੰਦਾ ਵੀ ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ ईवन पंजाबी टीवी देख रहे दर्शकों का स्वागत है। मैं तुहाड़ा दोस्त हरप्रीत सोढ़ी तो लैके हाजिर हाँ जी करंट इशू। दोस्तों करंट इशू नहीं चलते अज कपूरथला, जिवें कि तुहानू सारयां नू पता है भी देश दे विच करफ्यू ते लॉकडाउन की स्थिति के दौरान हरेक वर्ग के लोग जिहड़े अपने अपने घरां विच बैठे हुए ने अते सरकारां दे वल्लों दावे भी किए जा रहे हैं भी किसी नू भुखा नहीं रहन दिता जाएगा, पर फिर भी इसके बावजूद लोगों वल्लों कई गरीब परिवारों वल्लों आवाज़ उठाई जा रही भी उन्हां नू राशन नहीं मुहैया ਕੀਤਾ ਜਾ ਰਿਹਾ। ਅਤੇ ਜੇਕਰ ਦੇਖਿਆ ਜਾਵੇ ਕਈ ਲੋਕ ਜਿਹੜੇ ਰਾਸ਼ਨ ਜਾਂ ਸੰਸਥਾਵਾਂ ਰਾਸ਼ਨ ਵੰਡਦੀਆਂ ਨੇ, ਜੇਕਰ ਗੱਲ ਕੀਤੀ ਜਾਵੇ ਕਈ ਸੰਸਥਾਵਾਂ ਜਾਂ ਕਈ ਵਿਅਕਤੀ ਰਾਸ਼ਨ ਵੰਡਦੇ ਆ ਤਾਂ ਉਹ ਤਸਵੀਰਾਂ ਖਿਚਾਉਣ ਜਾਂ ਵੀਡੀਓ ਵਾਇਰਲ ਕਰਨ ਵਿੱਚ ਹੀ ਜ਼ਿਆਦਾ ਵਿਸ਼ਵਾਸ ਰੱਖਦੇ ਨੇ। ਪਰ ਅੱਜ ਕਪੂਰਥਲਾ ਦੇ ਵਿਕਰਮ ਪ੍ਰਭਾਕਰ ਜੀ ਨਾਲ ਗੱਲ ਕਰਾਂਗੇ, ਜਿਨ੍ਹਾਂ ਦੇ ਵੱਲੋਂ ਰਹਿਮਤ ਮਿਸ਼ਨ ਨਾਮ ਦਾ ਇੱਕ NGO ਚਲਾਇਆ ਜਾ ਰਿਹਾ ਅਤੇ ਇਹ ਲੋਕਾਂ ਦੀ ਸੇਵਾ ਤਾਂ ਕਰ ਰਹੇ ਨੇ, ਉਸ ਦੇ ਨਾਲ ਨਾਲ ਪੁਲਿਸ ਮੁਲਾਜ਼ਮ ਜਿਹੜੇ ਕਿ ਨਾਕੇ ਦੇ ਡਿਊਟੀਆਂ ਦੇ ਰਹੇ ਨੇ ਉਹਨਾਂ ਦੀ ਵੀ ਪੂਰਾ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ, ਉਹਨਾਂ ਨੂੰ ਪਾਣੀ ਪੀਣ ਵਾਲਾ ਦਿੱਤਾ ਜਾ ਰਿਹਾ, ਇਸ ਤੋਂ ਇਲਾਵਾ ਗਲੂਕੋਜ਼ ਵਗੈਰਾ ਤਰ੍ਹਾਂ ਲੋਕਾਂ ਨੂੰ ਘਰਾਂ ਘਰਾਂ ਜਾ ਕੇ ਗਰੀਬ ਪਰਿਵਾਰ ਜਿਹੜੇ ਕਹਿੰਦਾ ਕੋਈ ਸਹਾਰਾ ਨਹੀਂ ਹੈ ਉਹਨਾਂ ਦਾ ਸਹਾਰਾ ਬਣਿਆ ਹੋਇਆ ਰਹਿਮਤ ਮਿਸ਼ਨ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਿੱਧਾ ਵਿਕਰਮ ਜੀ ਨਾਲ, ਜੋ ਕਿ ਸਾਡੇ ਨਾਲ ਫੋਨ ਲਾਈਨ 'ਤੇ ਇਸ ਸਮੇਂ ਜੁੜੇ ਹੋਏ ਨੇ। ਜੀ ਵਿਕਰਮ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਚ। ਸਰ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ ਕਿ ਤੁਹਾਡੇ ਚੈਨਲ ਰਾਹੀਂ ਸਾਨੂੰ ਜੁੜਨ ਦਾ ਮੌਕਾ ਮਿਲਿਆ। भुख दे ਕਿਉਂਕਿ ਸਭ ਤੋਂ ਜ਼ਰੂਰੀ ਤਾਂ ਢਿੱਡ ਹੁੰਦੀ ਆ ਤੇ ਫੇਰ ਹੀ ਆਪਣੇ ਸਾਰੇ ਕੰਮ ਸ਼ੁਰੂ ਹੁੰਦੇ ਆ। ਤਾਂ ਸਾਡੇ ਜਿਹੜੇ NGO ਪਿਛਲੇ 2.5 ਸਾਲਾਂ ਤੋਂ ਜਿਹੜੇ ਬਹੁਤ ਜ਼ਰੂਰਤਮੰਦ ਪਰਿਵਾਰ ਆ ਜਿਨ੍ਹਾਂ ਦਾ ਕੋਈ ਕਮਾਉਣ ਵਾਲਾ ਹੈ ਨਹੀਂ, ਕੋਈ ਵਾਲੀ ਵਾਰਸ ਹੈ ਨਹੀਂ, ਨਾ ਕਿਸੇ ਦੇ ਜਿਹਦੇ ਔਲਾਦ ਅਗਰ ਹੈਗੀ ਤੇ ਮੰਦਬੁੱਧੀ ਆ, ਅਸੀਂ ਉਹਨਾਂ ਦੇ ਖਰਚੇ ਤੇ ਉੱਡ ਚੁੱਕੇ ਹੋਏ ਆ ਕਿ ਸਾਡੀ ਇੱਕ ਸੋਚ ਸੀ ਕਿ ਅਗਰ ਇੱਕ ਪਰਿਵਾਰ ਦੇ ਵਿੱਚ 5 ਜੀ ਆ, 5 ਜੀ ਕਮਾਉਣ ਵਾਲੇ ਆ, ਖਾਣ ਵਾਲੇ ਆ ਤੇ ਕਮਾਉਣ ਵਾਲਾ ਸਿਰਫ ਇੱਕ ਬੰਦਾ ਵਾ ਉਹਦੇ ਵਿੱਚ, ਤੇ ਜਾਂ ਤੇ ਉਹ ਕੀ ਕਰੇਗਾ, ਕੰਜੂਸੀ ਦੇ ਨਾਲ ਖਾਣਾ ਖਾਏਗਾ, ਅਗਰ ਉਹਦੀ ਕੁੜੀ ਦਾ ਵਿਆਹ ਹੋਣ ਵਾਲਾ ਤੇ ਉਹ ਹੱਥ ਜੋੜ ਦੇਗਾ, ਬੱਚੇ ਪੜ੍ਹਾਉਣ ਵਾਲੇ ਤੇ ਸਰਕਾਰੀ ਸਕੂਲੇ ਪੜ੍ਹਾ ਦੇਗਾ, ਅਗਰ ਬਜ਼ੁਰਗ ਮਾਂ ਬਾਪ ਹੈਗੇ ਆ ਤੇ ਉਹਨਾਂ ਦਾ ਅਗਰ ਇਲਾਜ ਕਰਾਉਣਾ ਤੇ ਸਰਕਾਰੀ ਹਸਪਤਾਲ ਇਲਾਜ ਹੋ ਜਾਏਗਾ, ਯਾਨੀ ਕਿ ਉਹ ਇਹਦੇ ਵਿੱਚ ਕੋਈ ਵੀ ਚੀਜ਼ ਨਾ ਤੇ ਆਪਣੀ ਰੋਟੀ ਵਧੀਆ ਤਰ੍ਹਾਂ ਕਰ ਸਕਦਾ, ਨਾ ਬੱਚੇ ਦੀ ਪਰਵਰਿਸ਼, ਨਾ ਕੁੜੀ ਦਾ ਵਿਆਹ। ਤੇ ਅਸੀਂ ਸੋਚਿਆ ਸੀ ਕਿ ਅਸੀਂ ਉਹਨਾਂ ਦਾ ਇੱਕ ਰੋਟੀ ਦਾ ਖਰਚਾ ਚੱਕ ਲਈਏ ਕਿ 3 ਮਹੀਨੇ ਬਾਅਦ ਅਸੀਂ ਚੈੱਕ ਕਰਿਆ ਕਰਾਂਗੇ। ਸਭ ਤੋਂ ਵੱਡੀ ਕੀ ਚੀਜ਼ ਹੁੰਦੀ ਪੰਜਾਬ ਦੇ ਵਿੱਚ, ਹਨਾ, ਆਪਾਂ 21 ਲੱਖ ਤੋਂ ਉੱਤੇ ਹੱਡ ਹਰਾਮੀ, ਕਿ ਜੇ ਆਪਾਂ ਕਿਸੇ ਦਾ ਖਰਚਾ ਚੱਕ ਲਿਆ ਵਾ ਤੇ ਉਹ ਬੰਦੇ ਨੂੰ ਹੱਡ ਹਰਾਮੀ ਨਾ ਪੈ ਜੇ। ਤੇ ਸਾਡਾ ਮਕਸਦ ਇਹ ਆ ਕਿ ਅਸੀਂ ਹਰ 3 ਮਹੀਨੇ ਬਾਅਦ ਚੈੱਕ ਕਰਦੇ ਰਹਿੰਦੇ ਕਿ ਜਿਹੜੇ ਉਹਨਾਂ ਦਾ ਰਾਸ਼ਨ ਦੇ ਅਸੀਂ ਪੈਸੇ ਚੱਕੇ ਸੀਗੇ, ਜਿੰਮਾ ਚੱਕਿਆ ਸੀਗਾ, ਕਿ ਉਹਨਾਂ ਨੇ ਉਹ ਪੈਸੇ ਦੇ ਨਾਲ ਆਪਣੀ ਕੁੜੀ ਦੀ FD ਕਰਾਈ ਆ, ਕਿ ਉਹ ਬੱਚੇ ਦੀ ਪੜ੍ਹਾਈ ਵਧੀਆ ਕਰਾਉਂਦੇ ਪਏ, ਬਜ਼ੁਰਗ ਮਾਂ ਬਾਪ ਦਾ ਅਗਰ ਇਲਾਜ ਹੋਣ ਵਾਲਾ ਕਿ ਉਹ ਵਧੀਆ ਹੁੰਦਾ ਪਿਆ, ਤੇ ਅਸੀਂ ਅੱਜ ਦਾ ਚੈੱਕ ਕਰਦੇ ਰਹਿੰਦੇ ਆ। ਤੇ ਜਿਹੜੇ ਸਾਡੇ ਮੁਹਿੰਮ ਆ ਇਹਦੇ ਵਿੱਚ, ਜਿਹੜੇ ਸਾਡੇ ਗਰੁੱਪ ਅਸੀਂ ਬਣਾਏ ਹੋਏ ਵਟਸਐਪ ਤੇ, ਜਿਹਦੇ ਚ 70-80 ਜਾਣੇ ਹੈਗੇ ਆ, ਤਾਂ ਸਾਡੀ ਜਿਹੜੀ NGO, ਅਸੀਂ ਪੈਸਾ ਨੀ ਕਿਸੇ ਤੋਂ ਲੈਣੇ। ਇੱਕ ਰਾਸ਼ਨ ਇੱਦਾਂ ਦੀ ਚੀਜ਼ ਆ ਜਿਹੜੀ ਬਿਨਾਂ ਪੈਸੇ ਤੋਂ ਸਰ ਪੋਸੀਬਿਲਿਟੀ ਨਹੀਂ ਹੈਗੀ ਜੀ। ਰਣਜੀਤ ਜੀ, ਸਭ ਤੋਂ ਇੱਕ ਅਹਿਮ ਗੱਲ ਉਰੇ ਜਾਣਨਾ ਚਾਹਾਂਗਾ ਵਿਕਰਮ ਜੀ ਤੁਹਾਡੇ ਤੋਂ ਮੈਂ, ਵੀ ਜਿਹੜਾ ਹੁਣ ਤੁਸੀਂ ਲੋਕਾਂ ਨੂੰ ਪੈਸਾ ਵੀ ਦੇ ਰਹੇ ਹੋ, ਹੈ ਨਾ, ਰਾਸ਼ਨ ਦੇ ਨਾਲ ਨਾਲ ਤੁਹਾਡੀ NGO ਜਿਹੜਾ ਇੰਨਾ ਵੀ, ਯਾਨੀ ਕਿ ਪੈਸਾ ਵੀ ਜ਼ਾਹਿਰ ਹੈ ਕਿ ਲੱਗਦਾ, ਇਹ ਪੈਸਾ ਫਿਰ ਤੁਸੀਂ ਤੁਹਾਡੀ NGO ਕਿਵੇਂ ਕਰਦੀ ਹੈ ਅਰੇਂਜ? ਸਰ ਸਾਡੇ, ਦੇਖੋ ਮੈਂ ਉਹੀ ਗੱਲ ਕਰਦਾ ਸੀ ਕਿ ਅਸੀਂ ਨਾ ਸਰ ਪੈਸਾ ਕਿਸੇ ਤੋਂ ਨਹੀਂ ਲੈਣੇ, ਤੇ ਸਾਡਾ ਮੋਟਿਵ ਇਹ ਹੁੰਦਾ ਕਿ ਜਿੱਦਾਂ ਹੁਣ ਫੈਮਿਲੀਜ਼ ਗੱਲਾਂ ਕਰੀਦੀਆਂ ਵਾ, ਪਰਿਵਾਰ ਦੇ ਵਿੱਚ ਲੇਡੀਜ਼ ਦੇ ਵਿੱਚ ਗੱਲਾਂ ਕਰੀਦੀਆਂ ਵਾ, ਮੁਹੱਲੇ 'ਚ ਜਾ ਕੇ ਗੱਲਾਂ ਕਰੀਦੀਆਂ ਕਿ ਜਿੱਦਾਂ ਪਰਿਵਾਰ ਆਪਣੇ ਘਰ ਦਾ ਰਾਸ਼ਨ ਲੈਣ ਜਾਂਦਾ ਵਾ, ਸੇਮ ਉਹ ਜਿੱਥੇ ਆਪਣੇ ਘਰ ਦਾ ਮਹੀਨੇ ਦਾ ਰਾਸ਼ਨ ਚੱਕਦਾ, ਉੱਥੇ 2 ਕਿਲੋ ਚੀਨੀ, 2 ਕਿਲੋ ਚੌਲ, 1 ਕਿਲੋ ਆਟਾ, 1 ਕਿਲੋ ਦਾਲ ਉਹ ਸਾਡੇ ਲਈ ਵੀ ਲੈ ਲੈਣ। ਫਿਰ ਜਾਂ ਤੇ ਉਹ ਲੈ ਕੇ ਸਾਨੂੰ ਇੱਕ ਪੁਆਇੰਟ ਤੇ ਦੇ ਦਿੰਦੇ ਆ, ਜਿਹੜਾ ਅਸੀਂ ਮੇਨ ਪੁਆਇੰਟ ਸਰ ਆਪਣਾ ਰੱਖਿਆ ਹੋਇਆ ਵਾ, ਇੱਕ ਉੱਥੇ ਦੇ ਦਿੰਦੇ ਆ, ਜਾਂ ਫਿਰ ਜਿੱਥੋਂ ਰਾਸ਼ਨ ਰੱਖਦੇ ਉੱਥੇ ਉਹ ਪੈਸੇ ਜਮ੍ਹਾਂ ਕਰਾ ਦਿੰਦੇ ਆ, ਅਸੀਂ ਉੱਥੇ ਜਾ ਕੇ ਰਾਸ਼ਨ ਚੱਕ ਲੈਂਦੇ ਹਾਂ। ਤੇ ਉੱਥੇ ਮਹੀਨੇ ਦੇ ਜਿਹੜਾ ਫਸਟ ਵੀਕ ਸਰ, ਫਸਟ ਸੰਡੇ ਆਉਂਦਾ, ਫਿਰ ਉਦੋਂ ਅਸੀਂ ਉਹ ਰਾਸ਼ਨ ਸਰ ਡਿਸਟ੍ਰੀਬਿਊਟ ਕਰ ਦਿੰਦੇ ਹਾਂ ਹਰ ਘਰ ਦੇ ਵਿੱਚ। ਤੇ ਇਹਦੇ ਨਾਲ ਸਰ ਕੀ ਹੁੰਦਾ ਨਾ ਕਿ ਅਸੀਂ ਇੱਕ ਤੁਹਾਡੀ ਮੈਂ ਸੁਣਦਾ ਪਿਆ ਸੀਗਾ ਸਰ, ਕਿ ਆਪਾਂ ਫੋਟੋਸ ਵੀਡੀਓਸ ਨੂੰ ਵੀ, ਹਨਾ ਸਰ, ਤੇ ਅਸੀਂ ਫੋਟੋ ਸਰ ਖਿੱਚ ਕੇ ਨਾ ਉਹ ਘਰਾਂ 'ਚ ਦਿਖਾਈ ਤੇ ਜ਼ਰੂਰ ਹੈ ਜਿੰਨਾ ਕੋਲ ਅਸੀਂ ਰਾਸ਼ਨ ਲਈ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਇਹ ਪੈਸਾ ਤੇ ਸਰ ਲੋਕਾਂ ਦਾ ਦਾਨ ਹੀ ਹੈ ਨਾ, ਇਹ ਸਾਡਾ ਇਕੱਠਾ ਕਿ ਸਾਡੇ ਜੇਬੋ ਤੇ ਲੱਗਦਾ ਨੀ ਪਿਆ ਤੇ ਲੋਕਾਂ ਦਾ ਪੈਸਾ ਵਾ ਲੋਕਾਂ ਦੀ ਜੇਬੋ ਜਾਂਦਾ ਪਿਆ, ਕਿ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਉਹਨਾਂ ਦਾ ਜਿਹੜਾ ਰੁਪਈਆ ਵਾ ਇਹ ਗੁਰੂ ਨਾਨਕ ਦੇਵ ਦੇ ਸਹੀ ਕੋਲ ਪੈਂਦਾ ਕਿ ਨਹੀਂ ਪੈਂਦਾ, ਕਿਉਂਕਿ ਗੁਰੂ ਜੀ ਨੇ ਕਿਹਾ ਸੀਗਾ ਗਰੀਬ ਦਾ ਮੂੰਹ ਗੁਰੂ ਦੀ ਕੋਲਕ। ਜੀ ਵਿਕਰਮ ਜੀ, ਤੁਸੀਂ ਬਹੁਤ ਵਧੀਆ ਗੱਲ ਕਹੀ ਵੀ, ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਹੈ ਜੋ ਕਿ ਵਿਰੋਧੀ ਸਵਾਲ ਵੀ ਕਰਦੇ ਨੇ ਵੀ ਆਖਰ ਇਹ ਪੈਸਾ ਕਿੱਥੇ ਲਗਾਉਂਦੇ ਨੇ। ਸਹਿਮਤ ਆਈ ਤੁਹਾਡੀ ਗੱਲ ਨਾਲ, ਪਰ
मैं इस तो अलावा तो जानना जो पुलिस 24 घंटे लगातार ड्यूटियां दे रही है, यह भी पता लग्या भी तुहाडा जिहड़ा NGO है वो पुलिस प्रशासन या पुलिस मुलाजमान की भी मदद कर रहा, वो तुसीं किस तरह मदद करते हो इन्हां दी? सर जिदा कि हुण सारे लोकी घरे सर डर के बैठे पे आ, है ना, ईवन इकट्ठे हो तो सर डरते कि तू मेरे नाल ना जुड़, तू मेरे कोल ना हो, बहुत ज्यादा सर डर आ। पर यह चीजा चलो आप रखनी भी चाहिए, है ना, सोशल डिस्टेंसिंग का अपना पालन करना भी चाहिए वा। तो ये सर जो पुलिस मुलाजम अपने हो गया वो अपना घर बार परिवार छड़ के सर अपने चौंका से खड़े आ। तो देखिए सर जो राशन वंडन चाहिए हूं 22 तारीख तो लैके हूं तक सर अभी राशन की सेवा सर चकी हुई है कि अभी 1300 परिवार को सर राशन दे चुके हैं। अगर वो अभी कैलकुलेशन भी करिए 5 लाख रुपए का सर नियर अबाउट है सर खर्चा, तो सारा खर्चा लोगों के सहयोग के नाल होया। तो अभी जो मार्केट से जाइए वा लोगों के घर से राशन देने जाइए तो देखिएगा कि पुलिस वीर अपने एक बोतल उन्होंने को वह भी गर्म पई होंगी, गर्मी बहुत ज्यादा वा। तो असं सर फिर सोचा कि क्यों ना अं मिट्टी के मटके सर उन्होंने असं रखिए कि मिट्टी के मटके ग्लूकोज या डब्बी कि जी उन्होंने इम्यूनिटी पावर भी सर सोलिड बनावे। अगर वो घर बार छड़ के साड़ी सेफ्टी करते पे तो साडा भी फर्ज बनता कि असं भी उन्होंने प्रति अगे आइए, उन्होंने की रक्षा करिए, उन्होंने ख्याल रखिए। सर जी विक्रम जी जाहिर है जो तुम इन्ने सारे लोगों की मदद करते हो, पैसा इकट्ठा हो रहा है या जिम्मे दसिया भी थोड़े महल के या जो थोड़े NGO जुड़े हुए हैं हेल्प करते हैं, पर फिर भी तुम्हें काफ़ी दिक्कतें परेशानियां आदि होंगे, परेशानियां दिक्कतों को किस तरह दूर करते हो? सर हम दिक्कत परेशानी सर बहुत आदि हूँ, साढ़ा सर मोटिव यह होंगे कि अं अपने यूथ को ना लैके चलीए सर। हूँ मैं एक एग्जाम्पल नहीं दूंगा, ये रियलिटी है सर कि एक 10वीं से सर मुंडा पढ़ता वो साढ़े नाल सर सेवा करन जाता, तो बहुत वधिया लगता सानू भी, है ना, कि साड़ा यूथ चलो वधिया पासे लगता पिया। तो वीर दा मैनू कॉल आई कहिंदा भाजी मैं तुहाडे नाल जाया नहीं करना। मैं कहा की होया? कहिंदा भाजी मेरे ना ग्रुप वाले यानी कि मेरे जिथे मैं ट्यूशन पढ़ता वा मेरे फ्रेंड सर्कल वो मैंने टीचर करते कि तुसी यानी कि दिखावा कर दो, तुसी फोटो पाने हो। तो सर मैं तुहाडे माध्यम राही ना A1 चैनल दे राही मैं सर एक अपील करना चाहना सारे नु हाथ जोड़ के कि देखो असि नशे नु प्रमोट नहीं करते सर, असि चिट्टे नु प्रमोट नहीं करते, असि प्रमोट करते हैं कि जिहड़ा अपना इंडिया वा जिहदी हुण सर एक चीज मैं तुहानू दसदा, आपां इंडिया दे गूगल ते सर्च मारी ना सर ते उत्थे अपनी छवि पता सर की दिखांदे, गरीब पिछोकड़, है ना, यानी ओह जे लोकां दी फोटो दिखांदे ते ओह साडे लई वधिया छवि नहीं सर हैगी। मैं सारे वीर अगे बेनती करदा, रिक्वेस्ट आ, अपील आ कि आपां वधिया काम करदे ते आपां इह काम नूं अगे वधाईए। अगर कोई वीर अपना अगे आंदा ना सर ते अपनी इही चीज़ आ कि आपां उहनूं लत्तां खिच्चण लग पैंदे आ, उहनूं बोलण लग पैंदे आ, हुण उह सर 10वीं क्लास दे बच्चे नूं सर की होएगा, है ना, उहनें विच पैसा ते लैणा नहीं गा, उहनूं की आ कि चलो समाज दे विच उह रहिंदा, समाज च उहदी छवि वधिया रहे, लोकी उहनूं चंगी नज़रां नाल देखण। पर अपने लोकी आ सर कि आ चीज़ नूं ओपोजिट साइड लाइन देगी यार प्रधान ना बन जाए। तो मैं फिर सर अपील करता कि सानू प्रधानगी ना मतलब नहीं गा, साड़ी जिहड़ी रहमत NGO सर वो ढाडी रहमत ढाडे साथ ना ढाडे प्यार सदके चलती है, इस कोई प्रधान नहीं है, कोई एदा लीडर नहीं है, बस साड़ी लड़ाई जिहड़ी भुख नाल आ, एक जीरो हंगर चैलेंज आ साडा कि कोई वीर भुखा ना रहे, बस उहदे विच साडा साथ दो, बस आही सर साड़ी अपील है जी। जी विक्रम जी मैं जानना चाहवांगा कि भी ये जिहड़ी तुहाडी रहमत मिशन NGO है ये कपूरथला तक ही हजे सीमित है या होर तुहाडे नाल पंजाब दे या होर देशां दे भी लोग तुहाडे नाल जुड़े हुए ने? सर मैं तुहानू दस दिंदा साडी जिहड़ी NGO आ सानूं फंडिंग सर किसे दी भी नहीं है, फंडिंग अगर आपां कहीए कोई किसे दुकान ते काम करदा पिया वा कोई किते लग्गा होया वा ते उही सानूं राशन दे दिंदे आ। हाँ पर इहदे विच साडे जर्मन तों सर साडे वीर आ जिहड़े यानी कि सानूं हौसला अफजाई साडी बहुत करदे कि अगर कल नूं सानूं कोई दिक्कत आउंदी है या आ जिहड़े कर्फ्यू दौरान सर देखो 5 लाख रुपए साडी तों औकात है नहीं सर, साडे कोल साडे घर दे खर्चे ਇਹ ਖਰਚੇ ਚੱਕਣੇ ਬਹੁਤ ਮੁਸ਼ਕਿਲ ਆ ਤੇ ਉਹ ਵੀਰਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਰ ਇਹਦੇ ਵਿੱਚ। ਤੇ ਜਿਹੜੀ ਸਾਡੀ NGO ਸਰ ਇਹ ਅੰਮ੍ਰਿਤਸਰ ਦੇ ਵਿੱਚ ਵੀ ਸਰ ਸਾਡੇ ਕੋਲ ਕੁਛ ਘਰ ਹੈਗੇ ਆ, ਕੁਛ ਘਰ ਸਾਡੇ ਕੋਲ ਜਲੰਧਰ ਆ, ਕੁਛ ਘਰ ਸ਼ਾਹਕੋਟ ਦੇ ਵਿੱਚ ਆ ਤੇ ਸੁਲਤਾਨਪੁਰ ਦੇ ਵਿੱਚ ਘਰ ਹੈਗੇ ਆ, ਤੇ ਉੱਥੇ ਸਰ ਅਸੀਂ ਯਾਨੀ ਕਿ ਰਾਸ਼ਨ ਪ੍ਰੋਵਾਈਡ ਕਰੀਦਾ ਸਰ ਕਿ ਉੱਥੋਂ ਦੇ ਯਾਨੀ ਕਿ ਜਿਹੜੇ ਪੁਆਇੰਟਸ ਦੇ ਵਿੱਚ ਆਪਣੇ ਵੀਰ ਭੈਣ ਭਰਾ ਹੈਗੇ ਆ 2-4 ਉਹਨਾਂ ਨੇ ਜਿੰਮੇ ਚੱਕੇ ਹੋਇਆ ਤੇ ਅਸੀਂ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਾ ਦਿੰਦੇ ਜਾਂ ਉਹ ਆਪਣੇ ਕੋਲੋਂ ਸਰ ਰਾਸ਼ਨ ਲੈ ਕੇ ਉਸ ਜਗ੍ਹਾ ਤੇ ਪਹੁੰਚਾ ਦਿੰਦੇ ਆ ਸਰ। जी विक्रम जी असं परमात्मा तो यही अरदास करांगे कि तुसी बहुत ही लोगों की जो भलाई का काम कर रहे हो तो तुहाडी जिहड़ी NGO है ये होर ज़्यादा तो ज़्यादा लोगों नाल दी मदद कर सके, तो असं यही अपील करांगे लोगों नूं भी तुहाडी संस्था नाल ज़्यादा तो ज़्यादा जुड़न जो भी साडे दर्शक इस समय तुहानूं देख रहे हैं। सो तुहाडा बहुत बहुत शुक्रिया सानूं जानकारी देने लई विक्रम जी। मेहरबानी सर, मेहरबानी सर, असं सर खुद यानी कि बड़े शुक्रगुजार हाँ ढाडे कि ढाडे माध्यम राही सर सानू जुड़न का मौका मिले, दिलों थैंक्स सर साडा साडी NGO दा तुहानू सर जी। सो दोस्तों असी कपूरथला तो विक्रम प्रभाकर जी जो कि रहमत मिशन नाम का एक NGO चला रहे हैं, इन्हां दे वल्लों लोगों नू राशन की मदद दी जाती बल्कि पता भी करते हैं भी किस व्यक्ति दे कोल पैसे की लोड़ है उसनू पैसा दिता जाता है, तो बाद पता भी करते हैं भी जिसनों असी मदद की उसने उस पैसे की
की वरतों की है, सही की है, गलत की है। तो उन्होंने बहुत ही वधिया जेड़े साडा यूथ है उन्होंने मैसेज भी दिता, तो साढ़े चैनल के राही लोगों अपील भी की है भी वो 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 लोगों की भलाई के लिए अगे आन। उन्होंने असी भी यही अपील करांगे कि रहमत मिशन नाम का जो NGO है उसके साथ वो लोग जोड़े है कि जुड़न, ताकि ये लोग जोड़े लोगों की सेवा कर रहे हैं, होर लोग भी इन्हें देख के प्रेरित होन अते लोगों की सेवा लिए अगे आन। ये हुण तक दी अपडेट, नवी अते ताज़ा अपडेट लिए जुड़ रहो एवन पंजाबी TV नाल, ते मैनू दिओ इजाजत, धन्यवाद। मैं अपने ये मोढ़ियां ते गोढ़ियां तो बहुत दुखी सी, मेरे लिए तो तुरना फिरना भी इन्ना औखा होया सी, मैं दस भी नहीं सकता, पर जब तो मैनू ही रिलीफ मिले 2.5-3 महीने इस्तेमाल करने तो बाद गोडे भी ओके मोढ़े भी ओके। जी तुसी भी किसी इस तरह की बीमारी तो परेशान हो तो बेझिझक होकर इस तरह इस्तेमाल करो, सिर्फ 2.5-3 महीने ये 125 बीमारियां तक दे इलाज कर सकता है, फ्री रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी, मैनू मेरे दोस्त ने ऑयल फ्री रिलीफ वाले दस्या, मैं ये तेल 3 महीने लाना अपने सिर पर अप्लाई किया, ये बिल्कुल आयुर्वैदिक तेल है, यदा कोई साइड इफेक्ट नहीं है, तो मेरे बाल जोड़े गंजपन पैना शुरू हो गया से वो दोबारा आने लग गए, तो मैनू तो बड़ा फायदा दिता इसने। जो थानू भी किसी इस तरह की प्रॉब्लम का सामना कर रहे हो तो यह तेल लाना ना भुलो। कितना कितनी असं अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है, पर थैंक्स टू फ्री लिव जिन्हें मेरा एक कॉन्फिडेंस बिल्ड किया, जिसे लगाने मैं मार्केट से बड़ा ही कॉन्फिडेंट हाँ, और ये मैं बड़ा फायदा होया, तो मैं सर्वाइकल की भी दिक्कत सी, तो वो भी मैं बड़ा रिलीफ मिले। ये यूज़ करो तो मैं प्रैक्टिकल यूज़ कर रहा।